ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ 8ਵੀਂ ਅਤੇ 12ਵੀਂ ਜਮਾਤ ਦਾ ਨਤੀਜਾ ਲਾਈਵ ਘੋਸ਼ਿਤ ਹੋ ਚੁੱਕਿਆ ਹੈ ਅਤੇ ਜਿਹੜੇ ਬੱਚਿਆਂ ਨੇ ਆਪਦਾ ਨਤੀਜਾ ਵੇਖਣਾ ਹੈ ਤਾਂ ਉਹ ਇਸ ਲਿੰਕ ਦੇ ਉੱਤੇ ਕਲਿੱਕ ਕਰਕੇ ਆਪਦਾ ਨਤੀਜਾ ਵੇਖ ਸਕਦੇ ਹਨ। ਜੇ 8ਵੀਂ ਕਲਾਸ ਦੇ ਬੱਚੇ ਇਸ ਲਿੰਕ ਦੇ ਉੱਤੇ ਕਲਿੱਕ ਕਰਨਗੇ ਤਾਂ ਉਹਨਾਂ ਨੂੰ ਆਪਦਾ ਰੋਲ ਨੰਬਰ ਜਾਂ ਨਾਮ ਭਰ ਕੇ ਆਪਦਾ ਰਿਜ਼ਲਟ ਸਿੱਧਾ ਵੇਖ ਸਕਣਗੇ। ਅਤੇ ਜੇ ਇਸ ਲਿੰਕ ਨੂੰ ਤੁਸੀਂ ਦੇਖਣਾ ਹੈ ਤਾਂ ਸਾਡੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਇਸ ਲਿੰਕ ਨੂੰ ਦੇਖ ਸਕਦੇ ਹੋ।